ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਬੇਹੱਦ ਗਰਮੀ ਰਹੀ ਹੈ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਅੰਦਰ ਗਰਮੀ ਇਸੇ ਤਰੀਕੇ ਨਾਲ ਰਹਿਣੀ ਹੈ, ਮੌਸਮ ਖੁਸ਼ਕ ਰਹਿਣਾ ਅਤੇ ਚਿਪਚਿਪਾ ਰਹਿਣਾ। ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ ਮੀਂਹ ਕਣੀ ਦੇ ਕੋਈ ਆਸਾਰ ਨਹੀਂ ਅਤੇ ਬੱਦਲਵਾਈ ਦੀ ਕੋਈ ਸੰਭਾਵਨਾ ਨਹੀਂ। ਬਾਕੀ ਵਕਤ ਦੱਸੂ ਕਿ ਭਵਿੱਖਬਾਣੀ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ। ਜੇ ਹੁਣ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਪੰਜਾਬ ਦੀ ਕਲਾ ਅਤੇ ਕਲਾਕਾਰਾਂ ਨਾਲ ਜੁੜੀ ਹੋਈ ਹੈ। ਕਲਾਕਾਰਾਂ ਦਾ ਬਹੁਤ ਸਤਿਕਾਰ ਹੋਣਾ ਚਾਹੀਦਾ ਅਤੇ ਹੁੰਦਾ ਰਿਹਾ ਵੀ ਹੈ, ਪਰ ਇਹ ਉਦੋਂ ਸਤਿਕਾਰ ਹੁੰਦਾ ਰਿਹਾ ਜਦੋਂ ਸੱਚੀ ਮੁੱਚੀ ਕਲਾਕਾਰ ਆ ਜਿਹੜੇ ਉਹ ਕਲਾ ਦੇ ਵਿੱਚ ਗੁੜਚ ਹੁੰਦੇ ਸੀ, ਜਦੋਂ ਇਉਂ ਲੱਗਦਾ ਸੀ ਕਿ ਕਲਾਕਾਰ ਨਹੀਂ ਇਹ ਅਸਲ ਦੇ ਵਿੱਚ ਰੱਬ ਦਾ ਰੂਪ ਹੈ। ਅਸੀਂ ਉਹਨਾਂ ਕਲਾਕਾਰਾਂ ਨੂੰ ਹਮੇਸ਼ਾ ਚੇਤੇ ਰੱਖਾਂਗੇ ਅਤੇ ਰੱਖਦੇ ਵੀ ਹਾਂ, ਜਿਹੜੇ ਕਲਾਕਾਰਾਂ ਨੇ ਵੱਖ ਵੱਖ ਸਿਨਫਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅੱਜ ਵੀ ਅਸੀਂ ਭਾਵੇਂ ਲਾਲ ਚੰਦ ਯਮਲਾ ਜੱਟ ਦੀ ਗੱਲ ਕਰੀਏ, ਭਾਵੇਂ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੀ ਗੱਲ ਕਰੀਏ, ਭਾਵੇਂ ਅਸੀਂ ਚਾਂਦੀ ਰਾਮ ਚਾਂਦੀ ਦੀ ਗੱਲ ਕਰੀਏ, ਭਾਵੇਂ ਜਗਮੋਹਨ ਕੌਰ ਦੀ ਗੱਲ ਕਰੀਏ, ਜਾਂ ਇਸ ਪੂਰ ਦੇ ਹੋਰ ਬਹੁਤ ਸਾਰੇ ਕਲਾਕਾਰ ਆ ਜਿਹੜੇ ਇਸ ਜਹਾਨੋਂ ਬੇਸ਼ੱਕ ਤੁਰ ਗਏ ਆ, ਪਰ ਉਹਨਾਂ ਦੇ ਗਾਣੇ ਅਸੀਂ ਬੜੇ ਚਾਅ ਨਾਲ ਸੁਣਦੇ ਹਾਂ। ਪਰ ਵੱਡੀ ਗਿਣਤੀ ਦੇ ਵਿੱਚ ਅੱਜ ਨਵੇਂ ਪੂਰ ਦਾ ਇੱਕ ਹਿੱਸਾ ਜਿਹੜਾ ਉਹ ਇਉਂ ਲੱਗਦਾ ਕਿ ਇਹਨਾਂ ਦੇ ਕੋਲ ਕਲਾ ਹੈ ਨਹੀਂ, ਇਕੱਲੀ ਕਾਰ ਹੀ ਹੈ। ਇਸ ਕਰਕੇ ਇਉਂ ਲੱਗਦਾ ਕਿ ਜੇਕਰ ਗਾਇਕੀ ਦਾ ਕੰਪਿਊਟਰੀਕਰਨ ਨਾ ਹੁੰਦਾ ਤਾਂ ਉਹਨਾਂ ਦਾ ਕਦੇ ਉਭਾਰ ਹੋਣਾ ਹੀ ਨਹੀਂ ਸੀ। ਉਹਨਾਂ ਦੀ ਹਿੱਕ ਦੇ ਵਿੱਚ ਜ਼ੋਰ ਨਹੀਂ, ਉਹ ਸਿਰਫ ਅਤੇ ਸਿਰਫ ਪਖੰਡਬਾਜ਼ੀਆਂ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੇ ਕੋਲ ਬੋਲਾਂ ਦੀ ਕੋਈ ਸੁਥਰਾਪਣ ਨਹੀਂ, ਕੋਈ ਸਾਰਥਕਤਾ ਨਹੀਂ। ਉਹ ਊਟ ਪਟਾਂਗ ਗੱਲਾਂ ਕਰਕੇ ਸੁਣਨ ਵਾਲਿਆਂ ਦੇ ਚੇਤੇ ਦੇ ਵਿੱਚ ਵਸਣਾ ਚਾਹੁੰਦੇ ਆ। ਪਰ ਇਹ ਗੱਲ ਬੜੀ ਸਾਫ਼ ਵੀ ਹੈ ਅਤੇ ਸਪਸ਼ਟ ਵੀ ਹੈ ਕਿ ਜਿਹੜੇ ਉਜੱਡ ਕਿਸਮ ਦੇ ਲੋਕ ਨੇ ਉਹਨਾਂ ਨੂੰ ਉਜੱਡ ਗਾਇਕੀ ਪਸੰਦ ਹੈ, ਜਿਹੜੇ ਸੰਜੀਦਾ ਕਿਸਮ ਦੇ ਲੋਕ ਨੇ ਉਹਨਾਂ ਨੂੰ ਸੰਜੀਦਾ ਕਲਾਕਾਰ ਪਸੰਦ ਹੈ। ਵੱਡੀ ਗਿਣਤੀ ਦੇ ਵਿੱਚ ਕਲਾਕਾਰ ਇਹ ਗੱਲ ਕਹਿੰਦੇ ਆ ਕਿ ਜੋ ਕੁਝ ਲੋਕ ਸੁਣਦੇ ਆ, ਜੋ ਕੁਝ ਚੱਲਦਾ, ਅਸੀਂ ਉਹੀ ਪੇਸ਼ ਕਰਦੇ ਹਾਂ। ਅੱਜ ਕੱਲ੍ਹ ਲੋਕ ਸੁਣਦੇ ਹੀ ਨਹੀਂ ਚੱਜਦਾ, ਇਸ ਕਰਕੇ ਅਸੀਂ ਪੇਸ਼ ਵੀ ਕਿਉਂ ਕਰੀਏ। ਮੈਂ ਅਕਸਰ ਉਹਨਾਂ ਨੂੰ ਉਦਾਹਰਣ ਦਿੰਦਾ ਵਾਰਸ ਭਰਾਵਾਂ ਦੀ, ਹਰਭਜਨ ਮਾਨ ਦੀ, ਗੁਰਦਾਸ ਮਾਨ ਦੀ, ਉਹਨਾਂ ਨੂੰ ਉਦਾਹਰਣ ਦਿੰਦੇ ਹਾਂ ਸਤਿੰਦਰ ਸਰਤਾਜ ਦੀ, ਉਹਨਾਂ ਨੂੰ ਉਦਾਹਰਣ ਅਸੀਂ ਦਿੰਦੇ ਹਾਂ ਕੰਵਰ ਗਰੇਵਾਲ ਦੀ, ਉਦਾਹਰਣ ਦਿੰਦੇ ਹਾਂ ਅਮਰਿੰਦਰ ਗਿੱਲ ਦੀ ਅਤੇ ਕਈ ਹੋਰ ਕਲਾਕਾਰਾਂ ਦੀ ਕਿ ਇਹਨਾਂ ਨੇ ਕਦੇ ਗੰਦਾ ਨਹੀਂ ਗਾਇਆ, ਇਹਨਾਂ ਨੇ ਕਦੇ ਗੰਦਾ ਨਹੀਂ ਪੇਸ਼ ਕੀਤਾ, ਫਿਲਮਾਇਆ ਵੀ ਮਾੜਾ ਨਹੀਂ। ਇਹਨਾਂ ਨੂੰ ਵੀ ਤਾਂ ਹਰ ਵਰਗ ਦੇ ਲੋਕ ਸੁਣਦੇ, ਤੁਹਾਡੀ ਸੋਚ ਨੂੰ ਕਿਹੜੀ ਗੱਲੋਂ ਕੈਂਸਰ ਹੋ ਗਿਆ ਤੁਸੀਂ ਇਸ ਖੇਤਰ ਦੇ ਵੱਲ ਇਸ ਦਾਇਰੇ ਦੇ ਵਿੱਚ ਆਉਣ ਦੀ ਥਾਂ ਦੇ ਉੱਤੇ ਨੰਗ ਧੜੰਗੇ ਫਿਲਮਾਂਕਣ ਅਤੇ ਊਟ ਪਟਾਂਗ ਬੋਲਾਂ ਦਾ ਆਸਰਾ ਕਿਹੜੀ ਗੱਲੋਂ ਲੈਂਦੇ ਆ। ਇਹ ਸਾਰੀਆਂ ਇਸ ਕਰਕੇ ਗੱਲਾਂ ਕਰਨੀਆਂ ਪੈ ਰਹੀਆਂ ਕਿਉਂਕਿ ਐਲੀ ਮਾਂਗਟ ਅਤੇ ਰੰਮੀ ਰੰਧਾਵੇ ਦੀ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜੰਗ ਛਿੜੀ, ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਟਾਈਮ ਬੰਨੇ ਗਏ, ਜਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਚੱਪਲਾਂ ਮਾਰਨ ਦੀ ਗੱਲ ਛਿੜੀ, ਜਿਸ ਤਰੀਕੇ ਦੇ ਨਾਲ ਨਿੱਜੀ ਵਾਰ ਇੱਕ ਦੂਜੇ ਦੇ ਉੱਤੇ ਕੀਤੇ ਗਏ, ਉਹਨੇ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰ ਦਿੱਤਾ। ਸੋਸ਼ਲ ਮੀਡੀਆ ਦੇ ਕਰਕੇ ਬਹੁਤ ਸਾਰੇ ਕਲਾਕਾਰਾਂ ਦਾ ਉਭਾਰ ਹੋਇਆ। ਇਹ ਤਾਂ ਗੱਲ ਅੱਜ ਪੱਕੇ ਤੌਰ ਦੇ ਉੱਤੇ ਕਹਿਣ ਨੂੰ ਜੀ ਕਰਦਾ ਕਿ ਜੇਕਰ ਸੋਸ਼ਲ ਮੀਡੀਆ ਨਾ ਹੋਵੇ ਤਾਂ ਅੱਧੋ ਵੱਧ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੇ ਕਲਾਕਾਰ ਹੀ ਨਾ ਹੋਣ, ਕਿਉਂਕਿ ਰਾਤ ਦੇ ਵੇਲੇ ਗਾਣਾ ਹੁੰਦਾ, ਅਚਾਨਕ ਗੀਤ ਗਾਇਆ ਜਾਂਦਾ, ਤੜਕੇ ਨੂੰ ਹਿੱਟ ਹੋ ਜਾਂਦਾ, ਬੰਦਾ ਕਹਿੰਦਾ ਮੇਰੇ ਵਰਗਾ ਫੰਨੇਖਾ ਹੈ ਕੋਈ ਨਹੀਂ, ਜਦਕਿ ਲੰਘੇ ਵੇਲੇ ਦੇ ਵਿੱਚ ਕਈ ਕਈ ਦਹਾਕੇ ਘਾਲਣਾ ਘਾਲਣੀ ਪੈਂਦੀ ਸੀ। ਰੰਮੀ ਰੰਧਾਵੇ ਨੇ ਚੰਗਾ ਗਾਇਆ, ਬੇਸ਼ੱਕ ਸ਼ੁਰੂਆਤ ਦੇ ਵਿੱਚ ਉਹਦੇ ਇੱਕ ਦੋ ਗੀਤਾਂ ਦੇ ਉੱਤੇ ਕਿੰਤੂ ਵੀ ਹੁੰਦੀ ਸੀ ਅਤੇ ਹੁੰਦੀ ਰਹਿਣੀ ਹੈ, ਕਿਉਂਕਿ ਕੋਈ ਵੀ ਗੱਲ ਜਿਹਦੇ ਨਾਲ ਜੁੜ ਜਾਵੇ ਉਹ ਛੇਤੀ ਕਿਤੇ ਲਹਿੰਦੀ ਨਹੀਂ। ਪਰ ਉਸ ਤੋਂ ਬਾਅਦ ਉਹਨੇ ਅਤੇ ਉਹਦੇ ਭਰਾ ਪ੍ਰਿੰਸ ਨੇ ਲਗਾਤਾਰ ਚੰਗੇ ਗੀਤ ਗਾਏ ਆ ਸੱਭਿਆਚਾਰ। ਰੰਮੀ ਰੰਧਾਵੇ ਨੇ ਇੱਕ ਮੰਚ ਦੇ ਉੱਤੇ ਐਲੀ ਮਾਂਗਟ ਦੇ ਗੀਤਾਂ 'ਤੇ ਟਿੱਪਣੀ ਕੀਤੀ, ਉਸ ਤੋਂ ਬਾਅਦ ਐਲੀ ਮਾਂਗਟ ਅਤੇ ਉਹਦੇ ਸਾਥੀ ਨਿੱਜੀ ਟਿੱਪਣੀਆਂ ਦੇ ਉੱਤੇ ਉਤਰੇ। ਉਸ ਤੋਂ ਬਾਅਦ ਰੰਮੀ ਰੰਧਾਵੇ ਨੇ ਗਾਲਾਂ ਬਹੁਤ ਕੱਢੀਆਂ, ਹਾਲਾਂਕਿ ਅਸੀਂ ਗਾਲਾਂ ਦਾ ਸਮਰਥਨ ਨਹੀਂ ਕਰਦੇ, ਕਿਸੇ ਨੂੰ ਕੱਢਣੀਆਂ ਨਹੀਂ ਚਾਹੀਦੀਆਂ, ਕਲਾਕਾਰ ਨੂੰ ਤਾਂ ਬਿਲਕੁਲ ਵੀ ਨਹੀਂ, ਕਿਉਂਕਿ ਉਹ ਲੋਕਾਂ ਦਾ ਚਿਹਰਾ। ਉਸ ਤੋਂ ਬਾਅਦ ਦੋਵਾਂ ਨੇ ਟਾਈਮ ਬੰਨਿਆ, ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਆਪਣੇ 88 ਨੰਬਰ ਸੈਕਟਰ ਦੇ ਵਿੱਚ ਮੋਹਾਲੀ ਦੇ ਵਿੱਚ ਉੱਥੇ ਫਲੈਟ ਦੇ ਅੰਦਰ ਰਹੇ। ਉਹਨਾਂ ਨੂੰ ਰਾਤ ਦੇ ਵੇਲੇ ਲੰਘੇ ਕੱਲ੍ਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਹੁਣ ਖਬਰਾਂ ਇਹ ਆ ਰਹੀਆਂ ਕਿ ਉਹਨਾਂ ਨੂੰ ਸਵੇਰ ਦੇ ਵੇਲੇ ਰਿਹਾਅ ਕਰ ਦਿੱਤਾ ਗਿਆ। ਪਰ ਐਲੀ ਮਾਂਗਟ ਵਿਦੇਸ਼ ਦੇ ਵਿੱਚੋਂ ਆਇਆ, ਦਿੱਲੀ ਦੇ ਏਅਰਪੋਰਟ ਦੇ ਉੱਤੇ ਪਹੁੰਚਿਆ, ਉਹਨੇ ਆਪਣੇ ਸਾਥੀਆਂ ਦੇ ਨਾਲ, ਆਪਣੇ ਪ੍ਰਸ਼ੰਸਕਾਂ ਦੇ ਨਾਲ ਉੱਥੇ 88 ਸੈਕਟਰ ਦੇ ਵਿੱਚ ਜਾ ਕੇ ਅਤੇ ਬੜਕਾਂ ਮਾਰਨੀਆਂ ਸ਼ੁਰੂ ਕੀਤੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਅਸੀਂ ਇੱਥੇ ਪਹੁੰਚ ਚੁੱਕੇ ਹਾਂ। ਪਰ ਉਸ ਲਾਈਵ ਦੇ ਵਿੱਚ ਹੀ ਉਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਹੋਰ ਕਮਾਲ ਦੀ ਗੱਲ ਇਹ ਕਿ ਜਦੋਂ ਐਲੀ ਮਾਂਗਟ, ਉਹਦਾ ਵਕੀਲ ਅਤੇ ਕੁਝ ਕੁ ਹੋਰ ਸਮਰਥਕ ਥਾਣੇ ਦੇ ਅੰਦਰ ਹੈ ਤਾਂ ਬਾਹਰ ਖੜ੍ਹੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਨੇ ਜਿਹੜੇ ਖੁਦ ਨੂੰ ਕਹਿੰਦੇ, ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਐਲੀ ਦੇ ਬੰਦੇ ਹਾਂ ਅਤੇ ਅਸੀਂ ਮਿਲਣ ਆਏ ਹਾਂ ਅਤੇ ਅਸੀਂ ਲੈ ਕੇ ਹੀ ਜਾਵਾਂਗੇ। ਮੈਂ ਇਹ ਗੱਲ ਜ਼ਰੂਰ ਸੋਚ ਰਿਹਾ ਬਈ ਇੱਕ ਵੇਲਾ ਸੀ ਜਦੋਂ ਭਾਰਤ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਸੁੱਚੇ ਸੂਰਮੇ ਦੀ ਗੱਲ ਛਿੜਦੀ ਸੀ, ਜਦੋਂ ਜੱਟ ਜਿਉਣੇ ਮੌੜ ਦੀ ਗੱਲ ਛਿੜਦੀ ਸੀ, ਜਦੋਂ ਜੱਗੇ ਜੱਟ ਦੀ ਗੱਲ ਛਿੜਦੀ ਸੀ। ਇਹ ਸਾਡੇ ਇੱਕ ਨਾਇਕ ਬਣੇ ਆ,
ਪਰ ਅੱਜ ਦੇ ਨਾਇਕ ਕਿਹੋ ਜਿਹੇ ਆ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਅਵਾ ਤਵਾ ਬੋਲਦੇ ਆ, ਉਹ ਗੰਦੇ ਗਾਣਿਆਂ ਦੀ ਪੇਸ਼ਕਾਰੀ ਕਰਦੇ ਆ, ਅਤੇ ਸੁਣਨ ਵਾਲੇ ਵੀ ਉਹੋ ਜਿਹੜੇ ਕਹਿੰਦੇ ਵੀ ਅਸੀਂ ਉਹਨਾਂ ਦੇ ਫੈਨ ਹਾਂ, ਅਤੇ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਏ ਹਾਂ। ਇਹ ਲੋਕ ਜੇਕਰ ਸਹੀ ਤਰੀਕੇ ਨਾਲ ਆਪਣੀਆਂ ਮਿਹਨਤਾਂ ਕਰਨ, ਇਹ ਲੋਕ ਜੇਕਰ ਆਪਣੀ ਪੜ੍ਹਾਈ ਲਿਖਾਈ ਕਰਨ, ਇਹਨਾਂ ਲੋਕਾਂ ਨੂੰ ਜੇਕਰ ਆਪਣੇ ਮਾਪਿਆਂ ਦੀ ਇੱਜ਼ਤ ਦਾ ਫਿਕਰ ਹੋਵੇ, ਤਾਂ ਮੇਰਾ ਖਿਆਲ ਆ ਕਿ ਇੱਦਾਂ ਸੜਕਾਂ ਦੇ ਉੱਤੇ ਕਿਸੇ ਇੱਕ ਗਾਉਣ ਵਾਲੇ ਦੇ ਲਈ ਬਿਲਕੁਲ ਨਾ ਆਉਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬੀ ਗੀਤ ਦੇ ਉੱਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਦੋ ਗਾਇਕਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਦੀਆਂ ਇੱਕ ਦੂਜੇ ਨੂੰ ਧਮਕੀ ਦੇਣ ਅਤੇ ਮੋਹਾਲੀ ਵਿੱਚ ਜਨਤਕ ਤੌਰ ਦੇ ਉੱਤੇ ਲੜਨ ਦੀ ਥਾਂ ਨਿਸ਼ਚਿਤ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਹਾਣਾ ਦੀ ਪੁਲਿਸ ਨੇ ਦੋਵੇਂ ਗਾਇਕਾਂ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਹ ਗੱਲ ਵੱਖਰੀ ਹੈ ਕਿ ਸਵੇਰ ਦੇ ਵੇਲੇ ਇਹਨਾਂ ਗਾਇਕਾਂ ਨੂੰ ਮਾਣਯੋਗ ਅਦਾਲਤ ਦੇ ਵੱਲੋਂ ਰਿਹਾਅ ਕਰ ਦਿੱਤਾ ਗਿਆ। ਥਾਣਾ ਸੋਹਾਣਾ ਦੇ SHO ਰਾਜੇਸ਼ ਹਸਤੀਰ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਧਮਕੀਆਂ ਭਰੇ ਜਾਣਕਾਰੀ ਨੂੰ ਆਧਾਰ ਬਣਾ ਕੇ ਗਾਇਕ ਰਮਨਦੀਪ ਉਰਫ ਰੰਮੀ ਰੰਧਾਵਾ ਵਾਸੀ ਅੰਮ੍ਰਿਤਸਰ ਅਤੇ ਐਲੀ ਮਾਂਗਟ ਦੇ ਖਿਲਾਫ਼ ਧਾਰਾ 294, 504, 506 ਅਤੇ IT ਐਕਟ ਦੇ ਕੇਸ ਦਰਜ ਕੀਤੇ ਨੇ। ਥਾਣਾ ਮੁਖੀ ਨੇ ਗਾਇਕ ਰੰਮੀ ਰੰਧਾਵਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਗੱਲ ਕਹੀ ਸੀ ਕਿ ਐਲੀ ਮਾਂਗਟ ਉਦੋਂ ਵਿਦੇਸ਼ ਦੇ ਵਿੱਚ ਸੀ ਜੋ ਕਿ ਹੁਣ ਆ ਚੁੱਕਿਆ। ਉਸ ਦੇ ਵਤਨ ਪਰਤਦੇ ਸਾਰੇ ਗੱਲ ਕਹੀ ਗਈ ਸੀ ਕਿ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕਰ ਵੀ ਲਿਆ ਗਿਆ। ਰੰਮੀ ਰੰਧਾਵੇ ਨੂੰ ਬੁੱਧਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਦੋਵੇਂ ਗਾਇਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ ਸੈਕਟਰ 88 ਸਥਿਤ ਇੱਕ ਅਪਾਰਟਮੈਂਟ ਦੇ ਵਿੱਚ ਸ਼ਰੇਆਮ ਲੜਨ ਦੇ ਲਈ 11 ਸਤੰਬਰ ਦਾ ਦਿਨ ਮਿਥਿਆ ਸੀ। ਇਹ ਮਾਮਲਾ ਇੱਕ ਗੀਤ ਨੂੰ ਲੈ ਕੇ ਗਰਮਾਇਆ ਸੀ ਜਿਸ ਵਿੱਚ ਇੱਕ ਗਾਇਕ ਨੇ ਦੂਜੇ ਗਾਇਕ ਨੂੰ ਗਲਤ ਕਿਹਾ ਸੀ। ਉੱਧਰ ਕੈਨੇਡਾ ਦੇ ਵਿੱਚ ਬੈਠੇ ਗਾਇਕ ਐਲੀ ਮਾਂਗਟ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਕੇ ਰੰਮੀ ਰੰਧਾਵਾ ਨੂੰ ਧਮਕੀ ਦਿੱਤੀ ਸੀ ਕਿ ਉਹ ਭਾਰਤ ਆ ਰਿਹਾ ਅਤੇ 11 ਸਤੰਬਰ ਨੂੰ ਉਸ ਦੇ ਘਰ ਦੇ ਵਿੱਚ ਦਾਖਲ ਹੋ ਕੇ ਉਸ ਨੂੰ ਮਾਰੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਅਸੀਂ ਦੋਵਾਂ ਕਲਾਕਾਰਾਂ ਦੀ ਕਲਾ ਦੇ ਉੱਤੇ ਟਿੱਪਣੀ ਕਰਨ ਤੋਂ ਪਹਿਲਾਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਪੰਜਾਬ ਦੇ ਕਲਾਕਾਰਾਂ ਦਾ ਕਿਸੇ ਵੇਲੇ ਬਹੁਤ ਸਤਿਕਾਰ ਰਿਹਾ ਅਤੇ ਪੰਜਾਬ ਦੇ ਲੋਕ ਅੱਜ ਵੀ ਉਹਨਾਂ ਕਲਾਕਾਰਾਂ ਦਾ ਸਤਿਕਾਰ ਕਰਦੇ ਜਿਹੜੇ ਲੋਕ ਚੰਗਾ ਗਾਉਂਦੇ ਆ, ਜਿਹੜੇ ਲੋਕ ਸੁਹਿਰਦਾ, ਜਿਹੜੇ ਲੋਕ ਸੰਜੀਦਾ, ਜਿਹੜੇ ਲੋਕ ਭੜਕੀਲੇ ਨਹੀਂ, ਜਿਹੜੇ ਲੋਕ ਸਿਰਫ ਅਤੇ ਸਿਰਫ ਕਦੇ ਕਿਸੇ ਦੀ ਲੱਤ ਫੜ ਲਈ, ਕਦੇ ਕਿਸੇ ਦੀ ਬਾਂਹ ਫੜ ਲਈ, ਇਹ ਕੰਮ ਕਰਨ ਦੀ ਥਾਂ ਦੇ ਉੱਤੇ ਇੱਕ ਸਿੱਧੀ ਲੀਹ ਦੇ ਉੱਤੇ ਸਿੱਧੇ ਰਾਹ ਦੇ ਉੱਤੇ ਤੁਰਦੇ ਆ। ਪਰ ਜਿਹੜੇ ਕਲਾਕਾਰਾਂ ਦੇ ਵੱਲੋਂ ਕਦੇ ਊਟ ਪਟਾਂਗ ਗਾ ਕੇ, ਕਦੇ ਉਹ ਪੇਸ਼ ਕਰਕੇ, ਕਦੇ ਆਹ ਪੇਸ਼ ਕਰਕੇ ਚਰਚਾ ਖੱਟੀ ਗਈ ਹੈ, ਉਹਨਾਂ ਨੂੰ ਸਾਲ ਦੋ ਸਾਲਾਂ ਬਾਅਦ ਕੋਈ ਨਹੀਂ ਜਾਣਦਾ। ਇਸੇ ਕਰਕੇ ਇਸ ਹਨੇਰੀ ਭਰੇ ਮਾਹੌਲ ਦੇ ਵਿੱਚ ਟਿਕਦੇ ਉਹੀ ਆ ਜਿਹੜੇ ਚੰਗੇ ਆ, ਜਿਹੜੇ ਪਾਏਦਾਰ ਆ, ਜਿਨ੍ਹਾਂ ਦੀ ਸੋਚ ਸੁਥਰੀ ਹੈ। ਹੁਣ ਮੈਂ ਜੇਕਰ ਐਲੀ ਮਾਂਗਟ ਦੇ ਗੀਤਾਂ ਦੀ ਗੱਲ ਕਰਾਂ, ਉਹਨੂੰ ਬੇਸ਼ੱਕ ਕਈ ਲੋਕ ਕਹਿੰਦੇ ਹੋਣ ਕਿ ਉਸਤਾਦ ਜੀ ਆ ਸਾਡੇ, ਦੇਖੋ ਉਸਤਾਦ ਨੇ ਕਮਾਲ ਕਰਤੀ, ਉਸਤਾਦ ਨੇ ਝੰਡਾ ਗੱਡਤਾ। ਬੇਸ਼ੱਕ ਉਹ ਕਿਸੇ ਦਾ ਉਸਤਾਦ ਹੋਵੇ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਉਹਦੇ ਇੱਕ ਦੋ ਗੀਤ ਚੰਗੇ ਵੀ ਹੋ ਸਕਦੇ ਆ, ਪਰ ਇਹ ਵੀ ਗੱਲ ਗਲਤ ਨਹੀਂ ਕਿ ਉਹਦੇ ਕਈ ਗੀਤਾਂ ਦਾ ਫਿਲਮਾਂਕਣ ਇਹੋ ਜਿਹੜਾ ਤੁਸੀਂ ਆਪਣੀ ਮਾਂ, ਭੈਣ ਅਤੇ ਧੀ ਦੇ ਨਾਲ ਬੈਠ ਕੇ ਨਹੀਂ ਦੇਖ ਸੁਣ ਸਕਦੇ। ਹੁਣ ਜਿਹੜੇ ਉਸਤਾਦ ਕਹਿੰਦੇ ਆ, ਹੋ ਸਕਦਾ ਕਿ ਉਹਨਾਂ ਨੂੰ ਇਹ ਸਾਰਾ ਕੁਝ ਪਸੰਦ ਹੋਵੇ, ਹੋ ਸਕਦਾ ਵੀ ਉਹਨਾਂ ਦੀਆਂ ਧੀਆਂ ਭੈਣਾਂ ਨਾ ਸੁਣਦੀਆਂ ਹੋਣ ਜਾਂ ਨਾ ਦੇਖਦੀਆਂ ਹੋਣ, ਇਹ ਮੇਰਾ ਨਿੱਜੀ ਪ੍ਰਭਾਵ ਆ। ਦੂਜੇ ਪਾਸੇ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੇ ਪਹਿਲਾਂ ਕੁਝ ਕੁ ਚੱਕਵੇਂ ਵੀ ਗੀਤ ਗਾਏ ਇੱਕ ਜਣੇ ਨੇ, ਪਰ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਸੱਭਿਆਚਾਰਕ ਪਾਸੇ ਵੱਲ ਮੋੜ ਕੱਟਿਆ ਗਿਆ ਅਤੇ ਉਹਨਾਂ ਦੇ ਵੱਲੋਂ ਪੇਸ਼ਕਾਰੀ ਹਾਲ ਦੀ ਘੜੀ ਤੱਕ ਕੁਝ ਕੁ ਚੰਗੇ ਗੀਤਾਂ ਦੀ ਕੀਤੀ ਗਈ ਹੈ, ਹਾਲਾਂਕਿ ਕੁਝ ਕੁ ਵਿਵਾਦ ਉਹਨਾਂ ਨਾਲ ਵੀ ਜੁੜੇ ਆ। ਸੋ ਪਰ ਕਿਸੇ ਵੀ ਕਲਾਕਾਰ ਦੇ ਵੱਲੋਂ ਦੂਜੇ ਕਲਾਕਾਰ ਦੇ ਨਾਲ ਇੱਦਾਂ ਲੜਨਾ ਅਤੇ ਦੋਵਾਂ ਕਲਾਕਾਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਕੇ ਲਗਾਤਾਰ ਲਾਈਵ ਹੋ ਕੇ ਇੱਕ ਦੂਜੇ ਨੂੰ ਚੰਗਾ ਬੰਦਾ ਕਹਿਣਾ ਅਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਚਟਕਾਰੇ ਲੈਣਾ, ਇਹਨਾਂ ਦੋਹਾਂ ਦੇ ਅਕਸ ਨੂੰ ਢਾਹ ਲਾਉਣ ਵਾਲੀ ਗੱਲ ਹੈ। ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ ਕਿ ਸਾਡੇ ਪੰਜਾਬ ਦੀ ਜਵਾਨੀ ਤੁਰ ਕਿਹੜੇ ਪਾਸੇ ਨੂੰ ਪਈ ਹੈ। ਅਸੀਂ ਇੱਕ ਪਾਸੇ ਗੱਲ ਕਹਿੰਦੇ ਹਾਂ ਕਿ ਪੰਜਾਬ ਦੀ ਜਵਾਨੀ ਦੇ ਹੱਥਾਂ ਵਿੱਚ ਰੁਜ਼ਗਾਰ ਹੈ ਨਹੀਂ, ਪੰਜਾਬ ਦੀ ਜਵਾਨੀ ਦੇ ਹੱਥਾਂ ਦੇ ਵਿੱਚ ਜੇਕਰ ਰੁਜ਼ਗਾਰ ਹੋਵੇ ਤਾਂ ਉਹ ਚੰਗੇ ਕੰਮ ਕਾਜ 'ਤੇ ਲੱਗਣ, ਪੰਜਾਬ ਦੀ ਜਵਾਨੀ ਬਹੁਤ ਕਾਬਲ ਹੈ, ਪੰਜਾਬ ਦੀ ਜਵਾਨੀ ਦੇ ਵਿੱਚ ਹੁਨਰ ਦੀ ਘਾਟ ਨਹੀਂ। ਪਰ ਜਦੋਂ ਮੈਂ ਥਾਣੇ ਦੇ ਮੂਹਰੇ ਖੜ੍ਹੇ ਦੇਖੇ ਉਹ ਲੋਕ, ਉਹ ਮੁੰਡੇ ਖੁੰਡੇ, ਉਹ ਦਰਸ਼ਕ ਜਾਂ ਉਹ ਸਰੋਤੇ ਜਿਹੜੇ ਕਹਿੰਦੇ ਸੀ ਕਿ ਅਸੀਂ ਫਲਾਣੇ ਦੇ ਸਮਰਥਕ ਹਾਂ, ਅਸੀਂ ਫਲਾਣੇ ਦੇ ਸਮਰਥਕ ਹਾਂ, ਮੈਂ ਤਾਂ ਇਹ ਸੋਚਣ ਵਾਸਤੇ ਮਜਬੂਰ ਹੋ ਗਿਆ ਵੀ ਦੇਖੋ ਕਿੰਨੇ ਮਹਾਨ ਲੋਕ ਆਏ ਆ, ਇਹ ਕਿੰਨੀ ਮਹਾਨਤਾ ਵਾਲੀ ਗੱਲ ਹੈ, ਜਿਹੜੇ ਇਹਨਾਂ ਦੇ ਵੀ ਪ੍ਰਸ਼ੰਸਕ ਬਣੇ ਬੈਠੇ ਆ। ਚਾਹੀਦਾ ਤਾਂ ਇਹ ਆ ਵੀ ਉੱਥੇ ਇੱਕ ਵੀ ਬੰਦਾ ਨਾ ਆਉਂਦਾ। ਜੇਕਰ ਸਿਆਣੇ ਹੋ ਗਏ ਤਾਂ ਦੋ ਜੇਕਰ ਕਲਾਕਾਰ ਲੜਦੇ ਆ ਜਾਂ ਕਿਸੇ ਦੀ ਕੋਈ ਨਿੱਜੀ ਜੰਗ ਹੈ ਤਾਂ ਅਸੀਂ ਉਹਦੇ ਵਿੱਚ ਚਟਕਾਰੇ ਵੀ ਕਿਉਂ ਲੈਣੇ ਅਤੇ ਅਸੀਂ ਸਮਰਥਨ ਵੀ ਕਿਉਂ ਦੇਣਾ। ਇੱਕ ਜਣਾ ਕਹਿੰਦਾ ਮੈਂ ਚੱਪਲਾਂ ਮਾਰੂੰ, ਦੂਜਾ ਕਹਿੰਦਾ ਜੀ ਮੈਂ ਇਹਨੂੰ ਦੇਖ ਲੈਣਾ, ਮੈਂ ਆਪਣੇ ਫਲੈਟ ਦੇ ਵਿੱਚ ਬੈਠੇ ਹੋਣਾ। ਸੋ ਜੇਕਰ ਆਪਸ ਦੇ ਵਿੱਚ ਇੱਦਾਂ ਦੀਆਂ ਲੜਾਈਆਂ ਝਗੜੇ ਆ ਤਾਂ ਮੇਰਾ ਖਿਆਲ ਆ ਕਿ ਆਪਣੀ ਸੁਹਿਰਦਤਾ ਦਿਖਾਉਣੀ ਚਾਹੀਦੀ ਸੀ ਕਿ ਸਾਨੂੰ ਤੁਹਾਡੀਆਂ ਲੜਾਈਆਂ ਦੇ ਵਿੱਚ ਕੋਈ ਇੰਟਰਸਟ ਨਹੀਂ, ਕੋਈ ਅਸੀਂ ਦਖਲ ਨਹੀਂ ਦੇਣਾ ਚਾਹੁੰਦੇ, ਸਾਨੂੰ ਕੋਈ ਸਵਾਦ ਨਹੀਂ ਇਹਦੇ ਵਿੱਚ। ਪਰ ਐਲੀ ਮਾਂਗਟ ਦੇ ਨਾਲ ਸੰਬੰਧਿਤ ਜਿਹੜੇ ਲੋਕ ਹੈ
ਉਹਨਾਂ ਨੇ ਜਿਵੇਂ ਚਾਂਗੜਾਂ ਮਾਰੀਆਂ, ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਥਾਣੇ ਦੇ ਮੂਹਰੇ ਖੜ੍ਹੇ ਸਮਰਥਕਾਂ ਦੀਆਂ ਕੁਝ ਗੱਡੀਆਂ ਦੇ ਉੱਤੇ ਡਾਂਗਾਂ ਵੀ ਮਾਰੀਆਂ ਗਈਆਂ ਕਿਉਂਕਿ ਉਹ ਉੱਥੋਂ ਖਦੇੜਨੇ ਜ਼ਰੂਰੀ ਸੀ। ਮੈਂ ਇਹ ਸਾਰਾ ਕੁਝ ਦੇਖ ਕੇ ਹੈਰਾਨ ਜ਼ਰੂਰ ਹੋਇਆ। ਕੁਝ ਲੋਕਾਂ ਦਾ ਇਹ ਕਹਿਣਾ ਵੀ 88 ਸੈਕਟਰ ਦੇ ਵਿੱਚ ਇੱਦਾਂ ਚੱਪੇ ਚੱਪੇ ਦੇ ਉੱਤੇ ਪੁਲਿਸ ਸੀ ਵੀ ਜਿਵੇਂ ਅੱਜ ਇੱਕ ਵਾਰੀ ਫਿਰ ਇੱਥੇ ਪੰਚਕੂਲਾ ਕਾਂਡ ਹੋਣ ਲੱਗਿਆ ਹੁੰਦਾ, ਜਿਵੇਂ ਗੁਰਮੀਤ ਰਾਮ ਰਹੀਮ ਦਾ ਮਾਮਲਾ ਫਿਰ ਉਛਲਿਆ ਹੋਵੇ। ਸੋ ਜੇਕਰ ਸਾਡੇ ਗਾਉਣ ਵਾਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਜਵਾਨੀ ਦੇ ਮਾਰਗਦਰਸ਼ਕ ਹੈ, ਉਹ ਆਪ ਇਹੋ ਜਿਹੀਆਂ ਗੱਲਾਂ ਕਰਦੇ ਆ, ਉਹ ਨਸ਼ਿਆਂ ਨੂੰ ਵੀ ਪ੍ਰਮੋਟ ਕਰਦੇ ਆ, ਜੇਕਰ ਉਹ ਇੱਦਾਂ ਦੀਆਂ ਗੱਲਾਂ ਕਰਦੇ ਆ ਕਿ ਅਸੀਂ ਭਿੜਾਂਗੇ, ਅਸੀਂ ਲੜਾਂਗੇ, ਅਸੀਂ ਆਹ ਕਰਾਂਗੇ, ਸਾਡੀ ਗੈਰਤ ਦਾ ਸਵਾਲ ਹੈ, ਤਾਂ ਮੇਰਾ ਖਿਆਲ ਹੈ ਕਿ ਜਿਹੜੇ ਸੁਣਨ ਵਾਲੇ ਆ ਉਹਨਾਂ ਦੇ ਮਨਾਂ ਦੇ ਉੱਤੇ ਵੀ ਕੋਈ ਉਸਾਰੂ ਪ੍ਰਭਾਵ ਨਹੀਂ ਪੈਂਦਾ। ਇਹ ਲੋਕਾਂ ਨੇ ਸੋਚਣਾ ਕਿ ਕਿਹਨੂੰ ਸੁਣਨਾ ਅਤੇ ਕਿਹਨੂੰ ਨਹੀਂ ਸੁਣਨਾ, ਪਰ ਇਹ ਗੱਲ ਬੜੀ ਸਪਸ਼ਟ ਹੈ ਕਿ ਜਿਹੋ ਜਿਹਾ ਬੰਦਾ ਆਪ ਹੁੰਦਾ ਉਹਨੂੰ ਕਲਾਕਾਰ ਉਹੋ ਜਿਹੇ ਪਸੰਦ ਆਉਂਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੀ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਕਰਜ਼ੇ ਨੇ ਪੰਜਾਬ ਨੂੰ ਕਿਵੇਂ ਪੱਟ ਸੁੱਟਿਆ, ਇਹਦੇ ਬਾਬਤ ਸਮੇਂ ਸਮੇਂ 'ਤੇ ਖਬਰਾਂ ਆਉਂਦੀਆਂ ਰਹਿੰਦੀਆਂ, ਅਤੇ ਜਿਸ ਤਰੀਕੇ ਦੇ ਹਾਲਾਤ ਆ ਪੰਜਾਬ ਦੇ ਵਿੱਚ, ਸ਼ਾਇਦ ਇਹ ਖਬਰਾਂ ਕਦੇ ਖਤਮ ਵੀ ਨਾ ਹੋਣ, ਇਹ ਲਗਾਤਾਰ ਆਉਂਦੀਆਂ ਰਹਿਣੀਆਂ। ਪਰ ਜਿਸ ਤਰੀਕੇ ਦੇ ਨਾਲ ਹੁਣ ਖਬਰ ਆਈ ਹੈ ਭੂਤਨਾ ਪਿੰਡ ਦੇ ਵੱਲੋਂ, ਜਿਹੜਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾ, ਉਹ ਸੱਚੀ ਮੁੱਚੀ ਗੱਚ ਭਰਨ ਵਾਲੀ ਖਬਰ ਹੈ। ਲੂ ਕੰਡਾ ਖੜਾ ਹੋ ਜਾਂਦਾ ਜਦੋਂ ਅਸੀਂ ਉਹਨੂੰ ਸਾਂਝੀ ਕਰਦੇ ਹਾਂ। ਇੱਕ ਖਾਨਦਾਨ ਦੇ ਵਿੱਚੋਂ ਸਾਰਾ ਕੁਝ ਹੀ ਮਿਟ ਜਾਵੇ, ਲਗਾਤਾਰ 4 ਪੀੜ੍ਹੀਆਂ ਜਿਹੜੀਆਂ ਉਹ ਖੁਦਕੁਸ਼ੀ ਕਰ ਲੈਣ, ਅਤੇ ਇੱਕੋ ਖਾਨਦਾਨ ਦਾ 5ਵਾਂ ਮੈਂਬਰ ਆ ਜਿਹੜਾ ਉਹ ਖੁਦਕੁਸ਼ੀ ਕਰ ਗਿਆ ਹੋਵੇ 23 ਸਾਲ ਦੀ ਉਮਰ ਦੇ ਵਿੱਚ, ਸਿਰਫ ਇਸ ਗੱਲ ਕਰਕੇ ਕਿ ਇਹ ਪਿਤਾ ਪੁਰਖੀ ਹੈ ਜਿਹੜਾ ਕਰਜ਼ਾ, ਇਹ ਮਗਰੋਂ ਨਹੀਂ ਰਹਿੰਦਾ, ਇਹ ਜਿਹੜਾ ਗਲ ਦੇ ਵਿੱਚ ਰੱਸਾ ਪਿਆ ਇਹ ਛੁੱਟਦਾ ਨਹੀਂ, ਸਾਹ ਵੀ ਨਹੀਂ ਆਉਣ ਦਿੰਦਾ ਪੂਰਾ, ਇਸ ਕਰਕੇ ਪੂਰੇ ਦਾ ਪੂਰਾ ਜਿਹੜਾ ਖਾਨਦਾਨ ਆ ਉਹ ਖਤਮ ਹੋ ਚੱਲਿਆ ਜਾਂ ਖਤਮ ਹੋ ਚੁੱਕਿਆ। ਹੁਣ ਇਸ ਪਰਿਵਾਰ ਦੇ ਵਿੱਚ ਸਿਰਫ 3 ਔਰਤਾਂ ਬਾਕੀ ਨੇ। ਜਦੋਂ ਮੈਂ ਅੱਜ ਸਵੇਰ ਦੇ ਵੇਲੇ ਇਸ ਰਿਪੋਰਟ ਨੂੰ ਪੜ੍ਹਿਆ, ਯਕੀਨ ਮੰਨਿਓ ਅੱਖਾਂ ਦੇ ਵਿੱਚ ਆਪਣੇ ਆਪ ਨਮੀ ਆ ਗਈ, ਅੱਖਾਂ ਆਪਣੇ ਆਪ ਗਿੱਲੀਆਂ ਹੋ ਗਈਆਂ, ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਕਰਜ਼ੇ ਦਾ ਬੋਝ ਢੋਇਆ ਉਹਨਾਂ ਨੂੰ ਪਤਾ ਵੀ ਕਰਜ਼ਾ ਹੁੰਦਾ ਕੀ ਹੈ, ਜਦੋਂ ਵਿਆਜ ਦੇਣਾ ਹੁੰਦਾ ਉਦੋਂ ਬੰਦੇ ਦਾ ਬਣਦਾ ਕੀ ਹੈ। ਮੈਂ ਇਸ ਪ੍ਰਕਿਰਿਆ ਦੇ ਵਿੱਚੋਂ ਲੰਘਿਆ, ਇਸ ਕਰਕੇ ਮੈਨੂੰ ਇਸ ਗੱਲ ਦਾ ਇਲਮ ਹੈ ਕਿ ਉਸ ਵਕਤ ਬੰਦੇ ਦੇ ਮਨ ਦੇ ਉੱਤੇ, ਤਨ ਦੇ ਉੱਤੇ ਬੀਤਦੀ ਕੀ ਹੈ। ਇਉਂ ਲੱਗਦਾ ਕਿ ਮੇਰਾ ਸਭ ਕੁਝ ਲੁੱਟਿਆ ਗਿਆ, ਮੇਰੇ ਕੋਲ ਤਾਂ ਵਿਆਜ ਦੇਣ ਜੋਗੇ ਪੈਸੇ ਹੈ ਨਹੀਂ, ਮੂਲ ਮੈਂ ਕਿਹੜੇ ਵੇਲੇ ਉਤਾਰੂੰਗਾ, ਕਿਹੜੇ ਵੇਲੇ ਲਾਊਂਗਾ, ਮੇਰਾ ਖਹਿੜਾ ਕਿਹੜੇ ਵੇਲੇ ਛੁੱਟੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਅੱਜ ਭਗਵੰਤ ਮਾਨ ਨੇ ਕਰਜ਼ੇ ਕਰਕੇ ਬਰਨਾਲਾ ਜ਼ਿਲ੍ਹੇ ਦੇ ਭੂਤਨਾ ਪਿੰਡ ਦੇ ਵਿੱਚ ਇੱਕੋ ਪਰਿਵਾਰ ਦੇ 5ਵੇਂ ਮੈਂਬਰ ਵੱਲੋਂ ਖੁਦਕੁਸ਼ੀ ਕਰਨ 'ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਨੌਜਵਾਨ ਲਵਪ੍ਰੀਤ ਸਿੰਘ ਉਮਰ 23 ਸਾਲ ਦੀ ਬੇਵਕਤੀ ਮੌਤ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਬਹੁਤ ਵੱਡਾ ਸਵਾਲ ਹੈ ਅਤੇ ਇਹ ਸਰਕਾਰ ਦੀ ਕਰਜ਼ਾ ਮਾਫ਼ੀ ਸਕੀਮ ਦੇ ਉੱਤੇ ਵੀ ਕਰਾਰੀ ਚਪੇੜ ਹੈ। ਭਗਵੰਤ ਮਾਨ ਨੇ ਕਿਹਾ ਕਿ ਲਵਪ੍ਰੀਤ ਦੀ ਖੁਦਕੁਸ਼ੀ ਨੇ ਕੈਪਟਨ ਸਰਕਾਰ ਦੇ ਸਿਰਫ ਕਰਜ਼ਾ ਮੁਆਫ਼ੀ ਪ੍ਰੋਗਰਾਮ ਦੇ ਹੀ ਨਹੀਂ, ਘਰ ਘਰ ਨੌਕਰੀ ਦੇ ਐਲਾਨਾਂ ਦੀ ਵੀ ਫੂਕ ਕੱਢ ਦਿੱਤੀ ਹੈ। ਮਾਨ ਨੇ ਖੇਤੀ ਸੰਕਟ, ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਸਲੇ ਦੇ ਉੱਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਵਿਧਾਨ ਸਭਾ ਸਦਨ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਅਕਾਲੀ ਦਲ ਭਾਜਪਾ ਵਿਧਾਇਕਾਂ ਨੂੰ ਵੀ ਜਵਾਬਦੇਹ ਹੋਣਾ ਪਵੇਗਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨ ਤੋਂ ਕਿਉਂ ਭੱਜ ਰਹੀ ਹੈ। ਵਿਸ਼ੇਸ਼ ਇਜਲਾਸ ਦੇ ਮੌਕੇ ਕਿਸਾਨਾਂ ਦੇ ਮਸੀਹਾ ਕਹਾਉਣ ਵਾਲੇ ਅਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਵਾਬਦੇਹ ਬਣਾਉਣਾ ਪਵੇਗਾ ਕਿ ਉਹਨਾਂ ਕੇਂਦਰ ਅਤੇ ਪੰਜਾਬ ਦੀ ਸੱਤਾ ਦੇ ਵਿੱਚ ਹੁੰਦਿਆਂ ਪੰਜਾਬ ਦੇ ਕਿਸਾਨਾਂ ਨਾਲ ਇੰਨਾ ਵੱਡਾ ਧਰੋਹ ਕਿਉਂ ਕਮਾਇਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਦੋਸਤੋ ਅਸੀਂ ਕਹਾਂਗੇ, ਜਿਹੜੀਆਂ ਗੱਲਾਂ ਭਗਵੰਤ ਮਾਨ ਨੇ ਕਹੀਆਂ ਉਹ ਆਪਣੀ ਥਾਂ ਦੇ ਉੱਤੇ ਸਹੀ ਹੈ। ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਸਿਰਫ ਅਤੇ ਸਿਰਫ ਰਾਜਨੀਤੀ ਕੀਤੀ ਗਈ ਕਿ ਅਸੀਂ ਕਿਸਾਨੀ ਦੀ ਬਾਂਹ ਫੜਦੇ ਹਾਂ, ਸਾਡੇ ਨਾਲੋਂ ਚੰਗਾ ਕੋਈ ਨਹੀਂ, ਅਸੀਂ ਹੀ ਕਿਸਾਨੀ ਦੇ ਮਸੀਹਾਂ, ਅਸੀਂ ਹੀ ਕਿਸਾਨੀ ਨੂੰ ਬਚਾਇਆ ਕਿਉਂਕਿ ਸਾਨੂੰ ਕਿਸਾਨੀ ਦਾ ਅਸਲ ਅਰਥਾਂ ਦੇ ਵਿੱਚ ਦਰਦ ਹੈ। ਪਰ ਜੇਕਰ ਸਹੀ ਅਰਥਾਂ ਦੇ ਵਿੱਚ ਦਰਦ ਹੋਵੇ ਤਾਂ ਜਿਸ ਤਰੀਕੇ ਦੇ ਨਾਲ ਇੱਕ ਮਹੀਨੇ ਦੇ ਵਿੱਚ 24 ਕਿਸਾਨਾਂ ਦੇ ਖੁਦਕੁਸ਼ੀਆਂ ਕਰਨ ਦੀ ਖਬਰ ਹੈ, ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਦੀ ਗਿਣਤੀ ਵੱਖਰੀ ਹੈ, ਤਾਂ ਫਿਰ ਇਉਂ ਲੱਗਦਾ ਵੀ ਕੋਈ ਕਿਸੇ ਦਾ ਦਰਦ ਹੀ ਨਹੀਂ। ਇੱਥੇ ਸਭ ਨੇ ਆਪਣੀਆਂ ਰੋਟੀਆਂ ਸੇਕੀਆਂ, ਭਾਵੇਂ ਕੋਈ ਜਿਉਂਦਾ ਹੋਵੇ ਅਤੇ ਭਾਵੇਂ ਕੋਈ ਮਰਦਾ ਹੋਵੇ, ਭਾਵੇਂ ਕਿਸੇ ਦੇ ਜੰਮਣ ਦੀ ਗੱਲ ਹੋਵੇ, ਭਾਵੇਂ ਕਿਸੇ ਦੀ ਲਾਸ਼ ਪਈ ਹੋਵੇ, ਸਭ ਨੇ ਆਪਣਾ ਫਾਇਦਾ ਸੋਚਿਆ। ਪਰ ਜਿਹੜੀ ਇਹ ਰਿਪੋਰਟ ਆਈ ਹੈ ਭੂਤਨਾ ਪਿੰਡ ਤੋਂ, ਇਹਦੇ ਬਾਬਤ ਇੱਕ ਹੋਰ ਵੇਰਵਾ ਸਾਂਝਾ ਕਰਨਾ ਬਣਦਾ ਹੈ ਕਿ 50 ਸਾਲ ਪਹਿਲਾਂ ਇਸ ਪਰਿਵਾਰ ਦੇ ਕੋਲ 13 ਕਿੱਲੇ ਜ਼ਮੀਨ ਸੀ ਅਤੇ ਹੁਣ ਇਸ ਪਰਿਵਾਰ ਦੇ ਕੋਲ 1 ਕਿੱਲਾ ਜ਼ਮੀਨ ਸੀ। 1 ਕਿੱਲੇ ਦੇ ਨਾਲ ਬੰਦਾ ਕਿਵੇਂ ਗੁਜ਼ਾਰਾ ਕਰ ਸਕਦਾ ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਪਹਿਲਾਂ ਇਸ ਟੱਬਰ ਦੇ ਵਿੱਚ ਜਿਹੜੇ ਹੁਣ ਮੁੰਡੇ ਨੇ ਖੁਦਕੁਸ਼ੀ ਕੀਤੀ ਹੈ 23 ਸਾਲ ਦੇ ਨੇ, ਸਭ ਤੋਂ ਪਹਿਲਾਂ ਇਹਦੇ ਪੜਦਾਦੇ ਨੇ ਖੁਦਕੁਸ਼ੀ ਕੀਤੀ ਸੀ, ਉਹਦੇ ਸਿਰ ਦੇ ਉੱਤੇ ਕਰਜ਼ਾ ਸੀ, ਉਹਨੇ ਸ਼ਾਹੂਕਾਰਾਂ ਤੋਂ ਕਰਜ਼ਾ ਲਿਆ ਸੀ, ਉਹਨੇ ਖੁਦਕੁਸ਼ੀ ਕਰ ਲਈ ਕਿਉਂਕਿ ਕਰਜ਼ਾ ਖਹਿੜਾ ਨਹੀਂ ਸੀ ਛੱਡਦਾ।
ਉਸ ਤੋਂ ਬਾਅਦ ਇਸ ਮੁੰਡੇ ਦੇ ਦਾਦੇ ਦੇ ਉੱਤੇ ਕਰਜ਼ੇ ਦੀ ਪੰਡ ਆ ਗਈ। ਦਾਦੇ ਨੇ ਵੀ ਆਪਣੇ ਵੱਲੋਂ ਮਿਹਨਤ ਕੀਤੀ ਪੂਰੀ, ਪਰ ਜਦੋਂ ਕਰਜ਼ੇ ਨੇ ਪਿੱਛਾ ਨਾ ਛੱਡਿਆ ਉਹਨੇ ਵੀ ਖੁਦਕੁਸ਼ੀ ਕਰ ਲਈ। ਦਾਦੇ ਦੇ ਜਾਣ ਤੋਂ ਬਾਅਦ ਉਹਦੇ ਸਕੇ ਭਰਾ ਦੇ ਉੱਤੇ ਕਰਜ਼ੇ ਦਾ ਬੋਝ ਆ ਗਿਆ। ਉਹਨੇ ਕਰਜ਼ੇ ਤੋਂ ਖੜਾ ਛਡਾਉਣ ਦੀ ਕੋਸ਼ਿਸ਼ ਕੀਤੀ, ਪਰ ਕਰਜ਼ੇ ਨੇ ਖੜਾ ਨਹੀਂ ਛੱਡਿਆ, ਉਹਨੇ ਵੀ ਖੁਦਕੁਸ਼ੀ ਕਰ ਲਈ। ਉਸ ਤੋਂ ਬਾਅਦ ਉਹਦੇ ਪੁੱਤ ਦੇ ਉੱਤੇ ਕਰਜ਼ੇ ਦਾ ਬੋਝ ਆ ਗਿਆ ਅਤੇ ਪੁੱਤ ਨੇ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਉਹ ਵੀ ਕਰਜ਼ੇ ਤੋਂ ਬਚ ਨਾ ਸਕਿਆ, ਉਹ ਵੀ ਵਿਆਜ ਨੂੰ ਲਾਹ ਨਾ ਸਕਿਆ, ਉਹ ਵੀ ਮੂਲ ਮੋੜ ਨਾ ਸਕਿਆ। ਇਸ ਕਰਕੇ ਉਹਨੇ ਵੀ ਖੁਦਕੁਸ਼ੀ ਕਰ ਲਈ ਅਤੇ ਹੁਣ ਉਹਦੇ ਪੁੱਤ ਦੇ ਵੱਲੋਂ ਵੀ ਖੁਦਕੁਸ਼ੀ ਕਰ ਲਈ ਗਈ ਹੈ। ਯਾਨੀ ਕਿ ਇੱਕੋ ਟੱਬਰ ਦੇ ਵਿੱਚ ਪੰਜਵਾਂ ਮੈਂਬਰ ਅਤੇ ਚੌਥੀ ਪੀੜ੍ਹੀ ਜਿਹੜੀ ਖੁਦਕੁਸ਼ੀ ਕਰ ਚੁੱਕੀ ਹੈ ਅਤੇ ਅਸੀਂ ਪੰਜਾਬ ਦੇ ਭਵਿੱਖ ਦੇ ਬਾਬਤ ਅੰਦਾਜ਼ਾ ਲਾ ਸਕਦੇ ਹਾਂ। ਇਹ ਕਿਉਂਕਿ ਇੱਕੋ ਟੱਬਰ ਦੇ ਪੰਜਵੇਂ ਜੀ ਦੇ ਮਰਨ ਦੀ ਖਬਰ ਹੈ, ਇਸ ਕਰਕੇ ਦੁੱਖ ਸਾਨੂੰ ਬੇਹੱਦ ਹੋ ਰਿਹਾ ਅਤੇ ਹੋਣਾ ਕੁਦਰਤੀ ਵੀ ਹੈ। ਪਰ ਪੰਜਾਬ ਦੇ ਵਿੱਚ ਹਰ ਰੋਜ਼ ਖੁਦਕੁਸ਼ੀਆਂ ਹੁੰਦੀਆਂ, ਇੱਕ ਨਹੀਂ ਕਈ ਕਈ ਖੁਦਕੁਸ਼ੀਆਂ ਹੁੰਦੀਆਂ। ਜ਼ਮੀਨਾਂ ਸੁੰਗੜ ਰਹੀਆਂ, ਖਰਚੇ ਵੱਧ ਰਹੇ ਆ, ਸਰਕਾਰਾਂ ਕਰਦੀਆਂ ਕੁਝ ਨਹੀਂ, ਕਦੇ ਫਸਲਾਂ ਦਾ ਬਣਦਾ ਸਰਦਾ ਬੁੱਲ ਨਹੀਂ ਮਿਲਿਆ। ਪਰ ਇਹਦੇ ਨਾਲ ਇੱਕ ਹੋਰ ਵੀ ਬੇਨਤੀ ਕਰਨੀ ਬਣਦੀ ਹੈ ਕਿ ਕੁਝ ਹੱਦ ਤੱਕ ਕਿਸਾਨੀ ਖੁਦਕੁਸ਼ੀਆਂ ਰੋਕੀਆਂ ਜਾਂ ਘਟਾਈਆਂ ਜਾ ਸਕਦੀਆਂ, ਕਿਉਂਕਿ ਜੇਕਰ ਅਸੀਂ ਚਾਦਰ ਵੇਖ ਕੇ ਪੈਰ ਪਸਾਰਾਂਗੇ ਤਾਂ ਮਸਲੇ ਅੱਧੇ ਕੁ ਤਾਂ ਹੱਲ ਹੋ ਜਾਣੇ, ਭਾਵੇਂ ਪੂਰੇ ਹੱਲ ਨਾ ਹੋਣ। ਜੇਕਰ ਅਸੀਂ ਧੀਆਂ ਪੁੱਤਾਂ ਦੇ ਮਹਿੰਗੇ ਵਿਆਹ ਕਰਨ ਤੋਂ ਬਾਅਦ ਆ ਜਾਈਏ, ਜੇਕਰ ਅਸੀਂ ਜੰਮਣਿਆਂ ਮਰਨਿਆਂ ਦੇ ਉੱਤੇ ਲੱਖਾਂ ਰੁਪਈਆ ਨਾ ਖਰਚੀਏ, ਜੇਕਰ ਅਸੀਂ ਚਾਦਰ ਵੇਖ ਕੇ ਪੈਰ ਪਸਾਰਦਿਆਂ ਵੱਡੀ ਕੋਠੀ ਨਾ ਪਾਈਏ, ਅਤੇ ਜੇਕਰ ਸ਼ਰੀਕਾਂ ਦੇ ਵੱਲ ਦੇਖ ਕੇ ਨੱਕ ਦੇ ਚੱਕਰ ਦੇ ਵਿੱਚ ਅਸੀਂ ਨਵਾਂ ਟਰੈਕਟਰ ਨਾ ਲੈ ਕੇ ਆਈਏ, ਤਾਂ ਮੇਰਾ ਖਿਆਲ ਹੈ ਕਿ ਖੁਦਕੁਸ਼ੀਆਂ ਦੀ ਦਰ ਕੁਝ ਹੱਦ ਤੱਕ ਘੱਟ ਸਕਦੀ ਹੈ। ਹਾਲਾਂਕਿ ਇਹ ਮੁਕੰਮਲ ਗੱਲ ਨਹੀਂ ਕਹਿ ਸਕਦੇ, ਪਰ ਜੇਕਰ ਕੁਝ ਹੱਦ ਤੱਕ ਵੀ ਘੱਟ ਜਾਵੇ ਅਤੇ ਸਾਡੇ ਆਪਣੇ ਨਿੱਜੀ ਉਦਮਾਂ ਦੇ ਨਾਲ ਘੱਟ ਜਾਵੇ, ਇਹਦੇ ਵਰਗੀ ਰੀਸ ਕੋਈ ਨਹੀਂ। ਅਸੀਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਦਿੱਤਾ ਗਿਆ, 5 ਜਣਿਆਂ ਨੂੰ ਕੈਪਟਨ ਸਾਹਿਬ ਨੇ ਆਪਣੇ ਸਲਾਹਕਾਰ ਬਣਾ ਲਿਆ, 1 ਜਣੇ ਨੂੰ ਰਾਜ ਮੰਤਰੀ ਬਣਾ ਦਿੱਤਾ ਗਿਆ, ਤਰਸੇਮ ਡੀਸੀ ਨੂੰ। ਹੁਣ ਸਵਾਲ ਉਸ ਤੋਂ ਬਾਅਦ ਕਈ ਕਿਸਮ ਦੇ ਖੜ੍ਹੇ ਹੋਏ, ਵਿਰੋਧੀਆਂ ਨੇ ਵੀ ਕੀਤੇ, ਆਮ ਲੋਕਾਂ ਨੇ ਵੀ। ਵੈਸੇ ਆਮ ਲੋਕਾਂ ਦੇ ਵਿੱਚ ਇਸ ਗੱਲ ਦੇ ਉੱਤੇ ਗੁੱਸੇ ਦੀ ਲਹਿਰ ਆ, ਇਸ ਕਰਕੇ ਗੁੱਸੇ ਦੀ ਲਹਿਰ ਆ ਵੀ ਜੇਕਰ ਸਾਡੇ ਲਈ ਕੁਝ ਸੋਚਣਾ ਹੋਵੇ ਤਾਂ ਸਰਕਾਰ ਕਹਿੰਦੀ ਹੈ ਖਜ਼ਾਨੇ ਵਿੱਚ ਪੈਸਾ ਹੈ ਨਹੀਂ, ਜੇ ਅਸੀਂ ਕਹਿੰਦੇ ਰੁਜ਼ਗਾਰ ਦੇ ਦਿਓ ਕਹਿੰਦੇ ਪੈਸਾ ਹੈ ਨਹੀਂ, ਜੇ ਅਸੀਂ ਕਹਿੰਦੇ ਜੀ ਬੇਰੁਜ਼ਗਾਰਾਂ ਨੂੰ ਭੱਤਾ ਦੇ ਦਿਓ ਕਹਿੰਦੇ ਪੈਸਾ ਹੈ ਨਹੀਂ, ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਸਤੇ ਪੈਸਾ ਹੈ ਨਹੀਂ, ਧੀਆਂ ਧਿਆਣੀਆਂ ਜਿਹੜੀਆਂ ਵਿਆਹੀਆਂ ਜਾਂਦੀਆਂ ਗਰੀਬ ਘਰ ਦੀਆਂ ਉਹਨਾਂ ਨੂੰ ਸ਼ਗਨ ਸਕੀਮ ਦੀ ਦੇਣ ਵਾਸਤੇ ਪੈਸੇ ਕੋਈ ਧਨ ਹੈ ਨਹੀਂ, ਜੇਕਰ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ ਦੀ ਗੱਲ ਕਰੀਏ ਕਹਿ ਦਿੰਦੇ ਪੈਸਾ ਹੈ ਨਹੀਂ, ਪਰ ਜੇਕਰ ਆਪਣਿਆਂ ਨੂੰ ਐਡਜਸਟ ਕਰਨਾ ਹੋਵੇ ਕਿਤੇ ਨਾ ਕਿਤੇ ਫਿੱਟ ਕਰਨਾ ਹੋਵੇ ਤਾਂ ਪੈਸਾ ਟੱਕਾ ਖੂਬ ਹੈ। ਇਸੇ ਕਰਕੇ ਲੋਕਾਂ ਨੇ ਕਈ ਤਰ੍ਹਾਂ ਦੇ ਵਿਚਾਰ ਦਿੱਤੇ ਆ, ਉਹਨਾਂ ਦੇ ਵਿਚਾਰਾਂ ਨੂੰ ਮੰਨਣਾ ਜਾਂ ਨਾ ਮੰਨਣਾ, ਸਰਕਾਰ ਦੇ ਉੱਤੇ ਅਸਰ ਹੋਣਾ ਜਾਂ ਨਾ ਹੋਣਾ, ਇਹ ਬਾਅਦ ਦੀਆਂ ਗੱਲਾਂ, ਪਰ ਵਿਚਾਰ ਤਾਂ ਵਿਚਾਰ ਹੈ, ਰੱਖਣ ਦਾ ਸਭ ਨੂੰ ਅਧਿਕਾਰ ਹੈ। ਅਗਲੀ ਗੱਲ ਇਹ ਹੈ ਕਿ ਅੱਜ ਅਕਾਲੀ ਦਲ ਦਾ ਇੱਕ ਵਫਦ ਸਪੀਕਰ ਸਾਹਿਬ ਦੇ ਕੋਲ ਜਾ ਕੇ ਆਇਆ ਕਿ ਸੰਵਿਧਾਨਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਕੈਪਟਨ ਸਰਕਾਰ ਦੇ ਵੱਲੋਂ, ਕੁਝ ਸੋਚੋ। ਹਾਲਾਂਕਿ ਉਹ ਸੋਚਣਗੇ ਪਤਾ ਨਹੀਂ ਇਸ ਗੱਲ ਦਾ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਾਗੀ ਵਿਧਾਇਕਾਂ ਨੂੰ ਸ਼ਾਂਤ ਕਰਨ ਦੇ ਲਈ ਸਿਆਸੀ ਸਲਾਹਕਾਰ ਨਿਯੁਕਤ ਕਰਕੇ ਕੈਬਨਿਟ ਰੈਂਕ ਦਿੱਤੇ ਨੇ। ਹੁਣ ਕੈਪਟਨ ਨੂੰ ਇਹ ਦਾਅ ਪੁੱਠਾ ਪੈਂਦਾ ਨਜ਼ਰ ਆ ਰਿਹਾ, ਇਸ ਦੀ ਚੁਫੇਰਿਓਂ ਆਲੋਚਨਾ ਹੋ ਰਹੀ ਹੈ। ਹੁਣ ਉਹ ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਤੇ ਵੀ ਆ ਗਏ ਨੇ। ਇਸ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਮੈਮੋਰੈਂਡਮ ਦਿੱਤਾ ਹੈ। ਅਕਾਲੀ ਦਲ ਨੇ ਕਿਹਾ ਕਿ ਵਿਧਾਇਕਾਂ ਨੂੰ ਸਿਆਸੀ ਸਲਾਹਕਾਰ ਬਣਾ ਕੇ ਦਿੱਤੇ ਕੈਬਨਿਟ ਰੈਂਕ ਸਰਕਾਰੀ ਖਜ਼ਾਨੇ ਉੱਤੇ ਬੋਝ ਨੇ। ਉਹਨਾਂ ਨੇ ਨਿਯਮਾਂ ਦੇ ਖਿਲਾਫ਼ ਚੱਲਦਿਆਂ ਸਪੀਕਰ ਤੋਂ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਸਪੀਕਰ ਨੂੰ ਮੰਗ ਪੱਤਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਯੋਗਤਾ ਬਾਰੇ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾਵੇ। ਅਕਾਲੀ ਲੀਡਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਦਾ ਕੰਮਕਾਜ ਬਹੁਤ ਮੱਠੀ ਚਾਲ ਨਾਲ ਚੱਲ ਰਿਹਾ। ਉਹਨਾਂ ਨੇ ਨਿਰਾਸ਼ਾ ਪ੍ਰਗਟਾਈ ਕਿ ਪਤਾ ਨਹੀਂ ਉਹਨਾਂ ਦੇ ਮੰਗ ਪੱਤਰ ਦੇ ਉੱਤੇ ਕੋਈ ਐਕਸ਼ਨ ਹੋਵੇਗਾ ਜਾਂ ਫਿਰ ਨਹੀਂ। ਇਹਦੇ ਨਾਲ ਹੀ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਸੰਵਿਧਾਨਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ। ਜੇਕਰ ਵਿਧਾਇਕਾਂ ਨੂੰ ਕੈਬਨਿਟ ਰੈਂਕ ਨਾਲ ਨਿਵਾਜਣਾ ਸੀ ਤਾਂ ਫਿਰ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਕਿਉਂ ਨਹੀਂ ਬਦਲ ਦਿੱਤਾ ਜਾਂਦਾ? ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਕਾਲੀ ਦਲ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਆਵਾਜ਼ ਚੁੱਕੀ ਜਾ ਰਹੀ ਹੈ ਇਹ ਆਪਣੀ ਥਾਂ ਦੇ ਉੱਤੇ ਦਰੁਸਤ ਆ, ਗਲਤ ਗੱਲ ਹੈ ਨਹੀਂ। ਜੇ ਤਾਂ ਖਜ਼ਾਨੇ ਦੇ ਵਿੱਚ ਬੇਹੱਦ ਪੈਸਾ ਹੋਵੇ ਅਤੇ ਲੋਕ ਬੜੇ ਖੁਸ਼ਹਾਲ ਹੋਣ, ਕੋਈ ਵਰਗ ਨਿਰਾਸ਼ ਨਾ ਹੋਵੇ, ਫਿਰ ਤਾਂ ਕੋਈ ਇਤਰਾਜ਼ ਨਹੀਂ ਕਿ ਤੁਸੀਂ ਆਪਣਿਆਂ ਨੂੰ ਕਿੱਥੇ ਐਡਜਸਟ ਕੀਤਾ, ਕਿੱਥੇ ਨਹੀਂ ਕੀਤਾ, ਕਿਹਨੂੰ ਭੱਤਿਆਂ ਦਾ ਗੱਫਾ ਦਿੱਤਾ, ਕਿਹਨੂੰ ਤਨਖਾਹ ਦਾ ਗੱਫਾ ਵੱਧ ਘੱਟਦੇ ਦਿੱਤਾ, ਲੋਕਾਂ ਦੇ ਇਸ ਗੱਲ ਨਾਲ ਫਿਰ ਕੋਈ ਤਲਕ ਨਾ ਹੋਵੇ। ਜੇਕਰ ਸਾਰੇ ਕੰਮਕਾਜ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਕਰਨੀ ਹੋਵੇ, ਪੈਸੇ ਦੀ ਕੋਈ ਕਮੀ ਨਾ ਹੋਵੇ, ਵਿਕਾਸ ਦੀਆਂ ਲਹਿਰਾਂ ਬਹਿਰਾਂ ਲੱਗੀਆਂ ਹੋਣ, ਪਰ ਜੇਕਰ ਇਸ ਤੋਂ ਉਲਟ ਸਿਰਫ ਆਪਣਿਆਂ ਬਾਰੇ ਸੋਚਿਆ ਜਾਵੇ ਤਾਂ ਕਿੰਤੂ ਹੋਣੀ ਕੁਦਰਤੀ ਹੈ। ਪਰ ਅੱਜ ਜਦੋਂ ਅਕਾਲੀ ਦਲ ਨੇ ਕਿੰਤੂ ਕੀਤੀ ਹੈ ਤਾਂ ਮੈਨੂੰ 2.5-3 ਸਾਲ ਪਹਿਲਾਂ ਦੇ ਰਾਜ ਦੀ ਗੱਲ ਜ਼ਰੂਰ ਚੇਤੇ ਆ ਜਾਂਦੀ ਹੈ ਕਿ ਜਦੋਂ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ ਉਦੋਂ ਵੱਡੀ ਗਿਣਤੀ ਦੇ ਵਿੱਚ ਸੰਸਦੀ ਸਕੱਤਰ ਅਤੇ ਮੁੱਖ ਸੰਸਦੀ ਸਕੱਤਰ ਨਿਯੁਕਤ ਕੀਤੇ ਜਾਂਦੇ ਸੀ।
ਉਦੋਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਖਲ ਦੇ ਕੇ ਅਤੇ ਐਨ ਮੌਕੇ ਦੇ ਉੱਤੇ ਅਖੀਰ ਦੇ ਉੱਤੇ ਕੁਝ ਕੁ ਨਿਯੁਕਤੀਆਂ ਦੇ ਉੱਤੇ ਕਾਟਾ ਫੇਰਿਆ ਗਿਆ ਸੀਗਾ, ਕੁਝ ਕੁ ਦੇ ਵੱਲੋਂ ਇਤਰਾਜ਼ ਵੀ ਪ੍ਰਗਟਾਇਆ ਗਿਆ ਸੀ। ਮਤਲਬ ਇਹ ਹੈ ਕਿ ਖਜ਼ਾਨੇ ਨੂੰ ਸੰਨ ਉਦੋਂ ਵੀ ਲੱਗਦੀ ਰਹੀ ਹੈ ਜਦੋਂ ਆਪਣਿਆਂ ਨੂੰ ਐਡਜਸਟ ਕਰਨ ਦੇ ਲਈ ਸੰਸਦੀ ਸਕੱਤਰ ਅਤੇ ਮੁੱਖ ਸੰਸਦੀ ਸਕੱਤਰ ਬਣਾ ਦਿੱਤਾ ਜਾਂਦਾ ਸੀ। ਉਦੋਂ ਕਈ ਸੰਸਦੀ ਸਕੱਤਰਾਂ ਨੇ ਤਾਂ ਇਹ ਵੀ ਗੱਲ ਕਹੀ ਸੀ, ਖਾਸ ਕਰਕੇ ਬੀਬੀ ਨਵਜੋਤ ਕੌਰ ਸਿੱਧੂ ਨੇ, ਕਿ ਮੈਨੂੰ ਤਾਂ ਇਹ ਨਹੀਂ ਪਤਾ ਮੇਰੇ ਵਿਭਾਗ ਦਾ ਕੰਮ ਕੀ ਹੈ। ਮਤਲਬ ਜਾਣਕਾਰੀ ਕੋਈ ਨਹੀਂ ਸੀ ਹੁੰਦੀ, ਪਰ ਤਨਖਾਹਾਂ ਪੱਤੇ ਉਦੋਂ ਵੀ ਕਈਆਂ ਨੂੰ ਮਿਲਦੇ ਹੁੰਦੇ ਸੀ, ਇਵੇਂ ਹੀ ਜਿਵੇਂ ਅੱਜ ਦੀ ਤਰੀਕ ਦੇ ਵਿੱਚ ਮਿਲਦੇ ਆ। ਮਤਲਬ ਇਹ ਹੈ ਕਿ ਪਿਛਲੀ ਸਰਕਾਰ ਹੋਵੇ, ਖਜ਼ਾਨੇ ਦਾ ਉਦੋਂ ਵੀ ਕੋਈ ਖਿਆਲ ਨਹੀਂ ਕੀਤਾ ਗਿਆ, ਹੁਣ ਵਾਲੀ ਸਰਕਾਰ ਹੈ, ਖਜ਼ਾਨੇ ਦਾ ਹੁਣ ਵੀ ਕੋਈ ਖਿਆਲ ਨਹੀਂ ਕੀਤਾ ਜਾ ਰਿਹਾ। ਪਿਛਲੀ ਸਰਕਾਰ ਦੇ ਮੌਕੇ ਕਾਂਗਰਸ ਨੂੰ ਲੱਗਦਾ ਸੀ ਖਜ਼ਾਨੇ ਨੂੰ ਉਜਾੜਾ ਪਾ ਦਿੱਤਾ, ਹੁਣ ਸਰਕਾਰ ਕਾਂਗਰਸ ਦੀ ਜਾਂ ਅਕਾਲੀਆਂ ਨੂੰ ਇਹ ਲੱਗਦਾ ਖਜ਼ਾਨੇ ਨੂੰ ਸੰਨ ਲਾਈ ਗਈ ਆ, ਬੁਰਾ ਹਾਲ ਕਰ ਦਿੱਤਾ ਗਿਆ। ਪਰ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹਮੇਸ਼ਾ ਰਿਹਾ, ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਹਮੇਸ਼ਾ ਫਿਰਦਾ ਰਿਹਾ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਿੰਨੀ ਕੁ ਕੀਤੀ ਗਈ ਆਪਾਂ ਸਾਰੇ ਸਾਰਾ ਕੁਝ ਜਾਣਦੇ ਹਾਂ। ਸੋ ਦੁੱਖ ਹੁੰਦਾ ਇਸ ਗੱਲ ਬਾਬਤ ਜਾਣ ਕੇ ਕਿ ਜਿਨ੍ਹਾਂ ਨੂੰ ਅਸੀਂ ਚੁਣਿਆ ਉਹ ਸਿਰਫ ਆਪਣੇ ਬਾਰੇ ਸੋਚਦੇ ਆ, ਜਿਨ੍ਹਾਂ ਨੇ ਚੁਣਿਆ ਇੱਕ ਕੀਮਤੀ ਵੋਟ ਪਾਈ ਹੈ ਉਹਨਾਂ ਦੇ ਬਾਬਤ ਬਹੁਤ ਘੱਟ ਖਿਆਲ ਕੀਤਾ ਜਾਂਦਾ ਹੈ। ਕਾਸ਼ ਉਹ ਦਿਨ ਆਵੇ ਜਦੋਂ ਬਰਾਬਰਤਾ ਦੀ ਗੱਲ ਛਿੜੇ, ਜਦੋਂ ਲੋਕ ਸੇਵਕ ਜਿਹੜੇ ਕਹਿੰਦੇ ਆ ਵੋਟਾਂ ਤੋਂ ਪਹਿਲਾਂ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਆ, ਅਸੀਂ ਤੁਹਾਡੇ ਚਰਨਾਂ ਦੇ ਵਿੱਚ ਰਹਿਣਾ, ਉਹ ਸੱਚੀ ਮੁੱਚੀ ਸੇਵਾ ਵਾਲੇ ਰਾਹ ਦੇ ਉੱਤੇ ਤੁਰ ਵੀ ਪੈਣ। ਕਹਿੰਦੇ ਅਸੀਂ ਤੁਰਦੇ ਹਾਂ ਪਰ ਦਿਸਦੇ ਬਹੁਤ ਘੱਟ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ।